ਜਿਸ ਸਮੇਂ ਰਵਿਦਾਸ ਜੀ ਹੋਏ, ਕਬੀਰ ਜੀ ਹੋਏ, ਰਾਮ ਦੇਵ ਜੀ ਹੋਏ, ਉਦੋਂ ਦਿੱਲੀ ਦੇ ਤਖ਼ਤ ਦੇ ਉੱਤੇ ਬ੍ਰਾਹਮਣਾਂ ਦਾ ਰਾਜ ਨਹੀਂ ਸੀ। ਉਦੋਂ ਮੁਸਲਮਾਨਾਂ ਨੇ ਇਹਨਾਂ ਦੀ ਜਿਹੜੀ ਤਾਕਤ ਸੀ ਉਹ ਖਤਮ ਕਰ ਦਿੱਤੀ ਸੀ, ਆਪਣੇ ਗੁਲਾਮ ਬਣਾ ਲਿਆ ਸੀ। ਉਹਨਾਂ ਦੇ ਆਉਣ ਦੇ ਨਾਲ ਜੋ ਮਨੁਵਾਦੀ ਸ਼ਸਤਰ ਸੀ ਕਿ ਇਹਨਾਂ ਸੁੰਦਰ ਲੋਕਾਂ ਨੂੰ ਨਾ ਪੜ੍ਹਨ ਦਾ ਅਧਿਕਾਰ ਦੇਣਾ, ਨਾ ਲਿਖਣ ਦਾ ਅਧਿਕਾਰ ਦੇਣਾ, ਇਹਨਾਂ ਨੂੰ ਆਪਣੇ ਕੇਵਲ ਗੁਲਾਮ ਬਣਾ ਕੇ ਰੱਖਣਾ ਹੈ। ਇਹ ਜਿਹੜਾ ਸਾਡੇ ਹੋਇਆ ਹੋਇਆ ਅਧਿਕਾਰ ਸੀ ਉਹ ਮੁਸਲਮਾਨਾਂ ਦੇ ਆਉਣ ਦੇ ਨਾਲ ਉਹਨਾਂ ਨੇ ਕਿਹਾ ਵੀ ਕੋਈ ਨੀ ਭਾਈ, ਅਸੀਂ ਤੁਹਾਨੂੰ ਤੁਹਾਡੇ ਤੇ ਕਦੀ ਪਾਬੰਦੀਆਂ ਨਹੀਂ ਲਾਉਂਦੇ, ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਜਾਤ ਪਾਤ ਨਹੀਂ ਹੈ, ਉਹ ਜਾਤ ਪਾਤ ਨੂੰ ਨਹੀਂ ਮੰਨਦੇ। ਉਹਨਾਂ ਦੇ ਆਉਂਦੇ ਨਾਲ ਆਹ ਸਾਡੇ ਮਹਾਂਪੁਰਸ਼ਾਂ ਨੂੰ ਗੱਲ ਕਰਨ ਦਾ ਮੌਕਾ ਮਿਲਿਆ, ਪੜ੍ਹਾਈ ਲਿਖਾਈ ਕਰਨ ਦਾ ਮੌਕਾ ਮਿਲਿਆ। ਇਸ ਕਰਕੇ ਇਤਿਹਾਸ ਨੂੰ ਪੜ੍ਹੋ, ਅਸੀਂ ਤਾਂ ਇਤਿਹਾਸ ਜਾਣਦੇ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਕਦੋਂ ਰਵਿਦਾਸ ਹੋਇਆ, ਕਿਹੜੇ ਸਾਲ ਚ ਹੋਇਆ। ਤੋ ਇਸ ਕਰਕੇ ਦਿੱਲੀ ਦੇ ਤਖ਼ਤ ਦੇ ਉੱਤੋਂ ਜਦੋਂ ਬ੍ਰਾਹਮਣਵਾਦੀ ਜਿਹੜਾ ਸਿਸਟਮ ਸੀ ਉਹ ਖਤਮ ਹੋਇਆ, ਮੁਸਲਮਾਨਾਂ ਨੇ ਉਹਨੂੰ ਤੋੜ ਕੇ ਰੱਖ ਦਿੱਤਾ, ਤਾਂ ਇਸ ਸਮਾਜ ਦੇ ਵਿੱਚ ਰਵਿਦਾਸ ਵਰਗੇ ਪੈਦਾ ਹੋਣੇ ਸ਼ੁਰੂ ਹੋ ਗਏ, ਕਬੀਰ ਵਰਗੇ ਪੈਦਾ ਹੋਣੇ ਸ਼ੁਰੂ ਹੋ ਗਏ, ਨਾਮਦੇਵ ਵਰਗੇ, ਸ਼ਾਇਦ ਸੈਨੇ ਨਾਈ ਵਰਗੇ ਪੈਦਾ ਹੋਣੇ ਸ਼ੁਰੂ ਹੋ ਗਏ। ਤੇ ਗਿਆਨ ਹਾਸਲ ਕਰਕੇ, ਵਿਦਿਆ ਪੜ੍ਹ ਕੇ ਤੇ ਮਸਜਿਦਾਂ ਦੇ ਵਿੱਚ ਲਿਆ ਕੇ ਉਹਨਾਂ ਨੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਤਾਂ ਜਦੋਂ ਉਹਨਾਂ ਦੇ ਕੋਲ ਪੜ੍ਹਾਈ ਆਈ, ਉਸ ਗਿਆਨ ਦੇ ਸਹਾਰੇ, ਉਸ ਗਿਆਨ ਦੇ ਆਸਰੇ ਉਹਨਾਂ ਨੇ ਉਹ ਜੋ ਮਨੁਵਾਦੀ ਲੋਕ ਸੀ ਉਹਨਾਂ ਦੇ ਨਾਲ ਟੱਕਰ ਲਈ। ਉਹਨਾਂ ਦਾ ਵਿਰੋਧ ਕੀਤਾ ਕਿ ਭਾਈ ਰੱਬ ਨੇ ਸਾਰੇ ਬੰਦੇ ਬਰਾਬਰ ਬਣਾਏ ਨੇ, ਤੁਸੀਂ ਸਾਨੂੰ ਕਿਉਂ ਉੱਚੇ ਨੀਵੇਂ ਬਣਾਇਆ ਹੈ, ਕਿਉਂਕਿ ਏਕ ਪਿਤਾ ਏਕ ਸਿੱਖੇ ਹਮ ਮਾਤ, ਤੂੰ ਮੇਰਾ ਭਾਈ। ਜਦੋਂ ਸਾਰਿਆਂ ਦਾ ਪਿਤਾ ਇੱਕ ਹੈ, ਅਸੀਂ ਸਾਰਿਆਂ ਦਾ ਪਰਿਵਾਰ ਉਹਦੀ ਔਲਾਦ ਹੈ, ਰੱਬ ਦੀ ਸਾਰਿਆਂ ਦਾ ਪਿਤਾ ਉਹ ਰੱਬ ਹੈ, ਅਸੀਂ ਸਾਰੇ ਉਹਦੀ ਔਲਾਦ ਹਾਂ, ਉਹਦਾ ਪਰਿਵਾਰ ਹੈ। ਤਾਂ ਫਿਰ ਕਦੇ ਪਿਤਾ ਆਪਣੇ ਬੱਚਿਆਂ ਨਾਲ ਵਿਤਕਰਾ ਕਰਦਾ, ਕਦੇ ਪਿਤਾ ਆਪਣੇ ਬੱਚਿਆਂ ਨੂੰ ਨਹੀਂ ਕਰਦਾ। ਜੇ ਰੱਬ ਨਹੀਂ ਕਰਦਾ ਤਾਂ ਫਿਰ ਤੁਸੀਂ ਕਿਉਂ ਕਰਦੇ ਹੋ, ਇਹ ਗੱਲ ਉਹਨਾਂ ਨੇ ਠੋਕ ਵਜਾ ਕੇ ਕਹੀ। ਸੋ ਇਸ ਕਰਕੇ ਕਬੀਰ ਆਪਣੇ ਸਤਿਗੁਰੂ ਅੰਨਾ ਜੀ ਵੀ ਇਹ ਗੱਲ ਕਹਿੰਦੇ ਨੇ, ਇਹ ਕੁਝ ਸੁਣ ਕੇ ਜਾਣ ਲੋ ਕੁੱਟ ਭਾਤੀ ਲਾਗਾ। ਉਹਨੇ ਦੇਖਿਆ ਵੀ ਦੇਖੋ ਇਹ ਬੀਬੀਆਂ ਚੱਕਰ ਦੇ ਵਿੱਚ ਪੈਦਾ ਹੋ ਕੇ, ਕਬੀਰ ਸਾਹਿਬ ਵੀ ਆਪਣੀ ਗੱਲ ਕਰ ਰਹੇ ਨੇ, ਨਾਮਦੇਵ ਜੀ ਵੀ ਕਰ ਰਹੇ ਨੇ, ਸਾਰੇ ਕਰ ਰਹੇ ਨੇ। ਤੇ ਨਾਮਦੇਵ ਜੀ ਆਪਣੀ ਗੱਲ ਕਰ ਰਹੇ ਨੇ, ਰਵਿਦਾਸ ਜੀ ਕਰ ਰਹੇ ਨੇ। ਜਦੋਂ ਇਹ ਕਰ ਰਹੇ ਨੇ ਮੈਂ ਗੁਰੂ ਇਹ ਮੈਂ ਸੁਣ ਕੇ ਜਾਣੋ ਕੁਝ ਭਗਤੀ ਲਾਗਾ, ਕਿਵੇਂ ਕਿਹੜੀ ਸੁਣ ਕੇ ਰੱਬ ਨੂੰ ਪਾਉਣ ਦੀ, ਪੱਥਰ ਨੂੰ ਪੂਜਣ ਦੀ ਨੀ, ਦੇਵੀ ਦੇਵਤਿਆਂ ਨੂੰ ਪੂਜਣ ਦੀ ਨੀ, ਕਿਉਂਕਿ ਉਹਨਾਂ ਨੇ ਵੀ ਪੂਜੇ, ਉਹਨਾਂ ਨੇ ਵੀ ਇਹ ਬਿਰਤ ਸੁਣ ਕੇ ਜਾਣ ਲੋ ਕੁੱਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਹਨਾਂ ਦੀ ਰੀਸ ਕਰਕੇ ਕਬੀਰ ਤੋਂ ਸੇਧ ਲੈ ਕੇ, ਰਵਿਦਾਸ ਤੋਂ ਸੇਧ ਲੈ ਕੇ, ਨਾਮਦੇਵ ਤੋਂ ਗਿਆਨ ਹਾਸਲ ਕਰਕੇ, ਤੇ ਜੋ ਆਹ ਕੰਮ ਤੋਂ ਸ਼ੀਪਰੋ ਉਹਤੋਂ ਰਸਤਾ ਲੈ ਕੇ, ਸੈਨੇ ਨਾਈ ਤੋਂ ਰਸਤਾ ਲੈ ਕੇ, ਗਿਆਨ ਹਾਸਲ ਕਰਕੇ, ਇਹ ਬਿੰਦ ਸੁਣ ਕੇ ਜਾਣੋ ਕੁੱਟ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਤੇ ਇਹਨਾਂ ਤੋਂ ਸਮਝ ਲਈ ਗੱਲ ਧੰਨੇ ਨੇ, ਹੁਣ ਇੱਥੇ ਕਲੀਅਰ ਹੋ ਗਿਆ ਨਾ।
ਤੇ ਇਹਨਾਂ ਦੀ ਗੱਲ ਸੁਣ ਕੇ ਇਹਨਾਂ ਤੋਂ ਗਿਆਨ ਹਾਸਲ ਕਰਕੇ ਧੰਨੇ ਨੇ ਨੂੰ ਰੱਬ ਮਿਲਿਆ, ਪੱਥਰ ਚੋਂ ਨਹੀਂ ਮਿਲਿਆ। ਤੁਸੀਂ ਵੀ ਬਹੁਤ ਵਾਰ ਸਤਸੰਗ ਸੁਣਦੇ ਹੋ ਬਾਬਿਆਂ ਦਾ, ਉਹ ਤੁਹਾਨੂੰ ਇਹੀ ਬਣਾ ਕੇ ਲੈ ਕੇ ਬਹਿ ਜਾਣਗੇ ਗੁਰਬਾਣੀ ਨਾਲ ਜੁੜ ਗਏ। ਇਹਨਾਂ ਨੂੰ ਗਿਆਨ ਹਾਸਲ ਹੋ ਜਾਣਾ। ਇਹਨਾਂ ਦੇ ਵਿੱਚ ਜਿਹੜਾ ਇੱਕ ਹੀ ਬੰਦਾ ਹੋਇਆ, ਡਾਕਟਰ ਭੀਮ ਰਾਓ ਅੰਬੇਦਕਰ ਪੜਿਆ, ਉਹ ਇੰਨਾ ਪੜਿਆ ਕਿ ਉਹਨੇ ਲੋਕਾਂ ਨੂੰ ਪੜ੍ਹਨੇ ਬੰਦ ਕਰਤਾ, ਵੱਡੇ ਵੱਡੇ ਲੋਕਾਂ ਨੂੰ ਪੜ੍ਹਨੇ ਬੰਦ ਕਰਤਾ। ਜੇ ਇੱਕ ਪੜ੍ਹ ਕੇ ਇਸ ਦੇਸ਼ ਦਾ ਸੁਲਤਾਨ ਦੇ ਜਾਂਦਾ, ਇਸ ਦੇਸ਼ ਦੇ ਵਿੱਚ ਆਪਣੇ ਲੋਕਾਂ ਦੇ ਹੱਕਾਂ ਲਈ ਲੜ ਸਕਦਾ, ਪੜ੍ਹ ਲੈ ਕੇ ਇੱਕ ਬੰਦਾ ਪੜ੍ਹ ਕੇ ਜੇ ਇਹਨਾਂ ਨੂੰ ਇੰਨੇ ਹੱਕ ਦਵਾ ਸਕਦਾ, ਤੇ ਫਿਰ ਜੇ ਸਾਰੇ ਪੜ੍ਹ ਕੇ ਕੀ ਨਹੀਂ ਕਰ ਲੈਣਗੇ। ਜੇ ਇਹ ਸਾਰੀ ਪੜ੍ਹ ਕੇ ਦੇਖਦੀ ਹੋ ਗਈ, ਸਾਨੂੰ ਤਾਂ ਇੱਕ ਨੂੰ ਹੀ ਪਕੜਾ ਪਾਈ ਪਈ ਆ। ਉਸ ਸਮੇਂ ਜਦੋਂ ਆਪਣੇ ਅਧਿਕਾਰਾਂ ਦੀ ਲੜਾਈ ਅੰਬੇਦਕਰ ਸਾਹਿਬ ਲੜਦੇ ਸਨ, ਤਾਂ ਇਹ ਸਾਰੇ ਵਿਰੋਧ ਕਰਦੇ ਸਨ ਕਿ ਸਾਡੇ ਗ੍ਰੰਥ ਕਹਿੰਦੇ ਨੇ ਇਹਨਾਂ ਨੂੰ ਇਹ ਚੌਥੇ ਪੜ੍ਹਨ ਦੇ ਲੋਕ ਨੇ, ਇਹਨਾਂ ਦਾ ਜਨਮ ਪੈਰ ਦੇ ਵਿੱਚ ਹੋਇਆ, ਇਹਨਾਂ ਨੂੰ ਜਿੰਨਾ ਵੀ ਦਬਾ ਕੇ ਰੱਖੋ ਓਨਾ ਚੰਗਾ, ਕਿਉਂਕਿ ਸਾਡੇ ਗ੍ਰੰਥਾਂ ਦੇ ਵਿੱਚੋਂ ਕਹਿੰਦੇ ਲਿਖਿਆ ਸੁੰਦਰ ਢੋਲ ਪਸ਼ੂ ਕਰਨਾ ਨੇ। ਇਹ ਚਾਰੋਂ ਕਾਂਗ ਦੇ ਅਧਿਕਾਰੀ, ਇਹਦਾ ਚਾਰਾਂ ਨੂੰ ਦਬਾ ਕੇ ਰੱਖਣਾ, ਜੁੱਤੀ ਥੱਲੇ ਰੱਖਣਾ, ਇਹ ਸਾਡੇ ਗ੍ਰੰਥ ਕਹਿੰਦੇ ਨੇ। ਤੇ ਤੁਸੀਂ ਅੰਬੇਦਕਰ ਸਾਹਿਬ ਨੂੰ ਲੁੱਚੇ ਚੁੱਕ ਰਹੇ, ਬੜਾ ਬਹੁਤ ਸਮਾਨ ਨਾ ਹੋਇਆ। ਤੋ ਇਸ ਕਰਕੇ ਧੰਨਾ ਜੀ ਨੇ ਵੀ ਇਹ ਸ਼ਬਦ ਦੇ ਵਿੱਚ ਸਪਸ਼ਟ ਕਰ ਦਿੱਤਾ ਕਿ ਇਹ ਵਿੱਚ ਸੁਣ ਕੇ ਜਾ ਕਰੋ ਉੱਠ ਭਰਦੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਉੱਠ ਭਾਗਾ। ਬਿਲਕੁਲ ਗਿਆਨ ਹੋ ਕੇ ਗੱਲ ਸਾਰੀ ਸਾਫ਼ ਹੋ ਗਈ, ਮਿਲੇ ਪ੍ਰਤੱਖ ਗੁਸਾਈਆਂ, ਪ੍ਰਤੱਖ ਸਾਹਮਣੇ ਰੱਬ ਮਿਲ ਦਿਖਾਈ ਦੇਣ ਲੱਗ ਗਿਆ। ਹੁਣ ਤੁਸੀਂ ਕਹਿੰਦੇ ਉਹਨੇ ਕਿਹੋ ਜਿਹਾ ਰੱਬ ਦੇਖਿਆ? ਆਪਾਂ ਹਰ ਰੋਜ਼ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ, ਆਪਾਂ ਵਿਚਾਰ ਕਰਦੇ ਆਏ ਹਾਂ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਰੱਬ ਹੈ ਉਹਦੀ ਕੋਈ ਸ਼ਕਲ ਨਹੀਂ, ਕੋਈ ਸਬੂਤ ਨਹੀਂ ਹੈ, ਉਹਦੀ ਕੋਈ ਫੋਟੋ ਨਹੀਂ ਬਣਾ ਸਕਦੇ, ਕਿਉਂਕਿ ਉਹ ਨਿਰਾਕਾਰ ਹੈ। ਰੂਪ ਦਾ ਰੰਗ ਦਾ ਰੇਖ ਦਿਸ਼ ਤ੍ਰੈ ਗੁਣ ਦੇ ਪਹਿਨਾ, ਉਹਦੀ ਫੋਟੋ ਨਹੀਂ ਬਣਾਈ ਜਾ ਸਕਦੀ, ਉਹਦੀ ਸ਼ਕਲ ਨਹੀਂ ਬਣਾਈ ਜਾ ਸਕਦੀ। ਫਿਰ ਉਹ ਹੈ ਕੀ? ਉਹ ਇੱਕ ਪਾਵਰ ਹੈ, ਇੱਕ ਸ਼ਕਤੀ ਹੈ, ਉਹ ਕੋਈ ਵਿਅਕਤੀ ਨਹੀਂ ਹੈ। ਅਸੀਂ ਉਹਨੂੰ ਕਿਵੇਂ ਸਮਝਣਾ? ਉਹ ਅਸੀਂ ਇਸ ਤਰ੍ਹਾਂ ਸਮਝਣਾ, ਅੰਤਰ ਬਾਹਰ ਸਰਬ ਨਿਰੰਤਰ ਰੱਬ ਲੜਿਆ ਪ੍ਰਾਪਤ ਹੋਵੇ। ਇਹ ਜਿਹੜਾ ਰੱਬ ਹੈ ਜਿਹੜਾ ਮੇਰੇ ਵਿੱਚ ਵੀ ਹੈ, ਦੂਜੇ ਦੇ ਵਿੱਚ ਵੀ ਹੈ, ਕਣ ਦੇ ਵਿੱਚ ਵੀ ਹੈ, ਦਰੱਖਤਾਂ ਦੇ ਵਿੱਚ ਹੈ, ਪਸ਼ੂਆਂ ਦੇ ਵਿੱਚ ਹੈ, ਪੰਛੀਆਂ ਦੇ ਵਿੱਚ ਹੈ, ਅਸੀਂ ਇਹ ਇਸ ਤਰ੍ਹਾਂ ਸਮਝਣਾ ਮੇਰੇ ਪ੍ਰਤੱਖ ਗੁਸਾਈ। ਜਦੋਂ ਏਦਾਂ ਦਾ ਗਿਆਨ ਹੋ ਹਾਸਲ, ਇਹ ਗਿਆਨ ਹਾਸਲ ਹੋ ਕੇ ਸਾਨੂੰ ਸਮਝਣ ਲੱਗ ਸਮਝ ਪੈ ਜਾਂਦੀ ਹੈ ਕਿ ਗੁਰਾ ਇੱਕ ਦੇਹ ਵਜਾਈ ਸਭਨਾ ਜੀਆ ਦਾ ਇੱਕੋ ਦਾਤਾ ਸੋ ਮੈਂ ਵਿਸਾਰਾ ਜਾਏ, ਉਹਨੂੰ ਨਾ ਮੈਂ ਭੁੱਲ ਜਾਵਾਂ। ਉਹ ਜੋ ਹਰ ਸਮੇਂ ਹੈ, ਜੋ ਆਦਿ ਸੱਚ, ਜੁਗਾਦ ਸੱਚ, ਹੈ ਕੀ ਸੱਚ, ਨਾ ਭੋਸੀ ਵੀ ਸੱਚ, ਕਿਉਂਕਿ ਰਵਦਾਸ ਜੀ ਨੇ ਵੀ ਕਿਹਾ ਬਿਲ ਦੇਖੇ ਉਪਜੇ ਨਹੀਂ ਆਸਾ। ਅਸੀਂ ਕੀ ਕਹਿੰਦੇ ਹਾਂ ਵੀ ਮੈਨੂੰ ਕੁਛ ਦਿਖਾਈ ਦੇ ਵਿੱਚ ਤਾਂ ਜਿਹਦੀ ਮੈਂ ਪੂਜਾ ਕਰਾਂ, ਅਸੀਂ ਉਹਦੇ ਬਦਲ ਦੇ ਵਿੱਚ ਘਰ ਦੇ ਵਿੱਚ ਫੋਟੋਆਂ ਰੱਖ ਲੈਂਦੇ ਹਾਂ, ਉਹਦੇ ਬਿਨਾਂ ਧੂਫ ਬੱਤੀ ਕਰਦੇ ਹਾਂ, ਬਿਲ ਦੇ
ਬਣੇਗਾ। ਜੇ ਤੁਸੀਂ ਕਿਸੇ ਜਿਸਦੀ ਚੀਜ਼ ਦੀ ਕਿਸੇ ਦੇਹਧਾਰੀ ਦੀ ਪੂਜਾ ਕਰਦੇ ਹੋ, ਕਿਸੇ ਫੋਟੋ ਦੀ ਪੂਜਾ ਕਰਦੇ ਹੋ, ਉਹ ਤਾਂ ਨਿੱਜੀ ਗੱਲ। ਪਰ ਰਾਮ ਜੀ ਕਹਿੰਦੇ ਨੇ ਜੋ ਦਿਸੇ ਸੋ ਹੋਵੇ ਬਲਾਸਾ, ਉਹਨੇ ਇੱਕ ਨਾ ਇੱਕ ਦਿਨ ਮਰ ਜਾਣਾ, ਸੰਸਾਰ ਦੇ ਵਿੱਚੋਂ ਖਤਮ ਹੋ ਜਾਣਾ ਹੈ, ਚਲਿਆ ਜਾਣਾ ਹੈ। ਇਸ ਕਰਕੇ ਜੋ ਲੀਲਾ ਹੈ ਉਹ ਰੱਬ ਜੀ ਹੋ ਸਕਦਾ ਹੈ। ਤਾਂ ਫਿਰ ਉਹ ਰੱਬ ਕਿਹੜਾ ਜਿਹੜਾ ਦਿਖਾਈ ਨਹੀਂ ਦਿੰਦਾ ਲੇਕਿਨ ਹੈ, ਉਹਨੂੰ ਕਿਵੇਂ ਮਹਿਸੂਸ ਕਰਨਾ? ਉਹਨੂੰ ਦੇਖੋ ਆ ਹਵਾ ਚੱਲ ਰਹੀ ਆ। ਜੇ ਤੁਸੀਂ ਕਹੋ, ਕੋਈ ਕਹੇ ਵੀ ਹਵਾ ਚੱਲ ਰਹੀ ਆ, ਤੁਸੀਂ ਕਹੋ ਕਿੱਥੇ ਕਿੱਥੇ ਚੱਲ ਰਹੀ ਆ, ਦਿਖਾ ਵੀ ਨੂੰ ਉਹਦਾ ਰੰਗ ਵੀ ਹੋ ਜਾ, ਨੀਲੀ ਆ, ਕਾਲੀ ਆ, ਚਿੱਟੀ ਆ, ਪੀਲੀ ਆ, ਉਹ ਕੋਈ ਜਿੱਦ ਕਰਕੇ ਬਹਿ ਗਏ। ਜੇਕਰ ਆਪਾਂ ਕਿਵੇਂ ਮਹਿਸੂਸ ਕਰਨਾ ਕਿ ਹਵਾ ਚੱਲ ਰਹੀ ਆ? ਅਸੀਂ ਪੱਤੇ ਗਿਰਦਿਆਂ ਤੋਂ, ਕੱਪੜੇ ਗਿਰਦਿਆਂ ਤੋਂ ਸਾਡੇ ਸਰੀਰ ਨੂੰ ਹਵਾ ਲੱਗਦੀ ਆ, ਤਾਂ ਏਦਾਂ ਅਸੀਂ ਮਹਿਸੂਸ ਕਰਨਾ ਵੀ ਹਵਾ ਚੱਲਦੀ ਆ। ਇਸੇ ਤਰ੍ਹਾਂ ਗੁਰੂ ਜੀ ਸਮਝਾਉਂਦੇ ਨੇ ਕਿ ਹਵਾ ਚੱਲਦੀ ਆ ਪਰ ਸਾਨੂੰ ਦਿਖਾਈ ਨਹੀਂ ਦਿੰਦੀ। ਇਸੇ ਤਰ੍ਹਾਂ ਜੋ ਰੱਬ ਇੱਕ ਪਾਪ ਹੈ ਗ੍ਰਹਿਮੰਡ ਦੇ ਵਿੱਚ ਵਿਚਰ ਰਹੀ ਹੈ, ਜੇ ਉਹ ਹੈਗੀ ਤਾਂ ਕਮਲੇ ਦੇ ਵਿੱਚ ਤੁਸੀਂ ਸੋਲਾ ਸਵਾ ਦੇਖਿਆ ਕਰੋ ਕਿ ਨਵਾਂ ਪਗ ਨਿਕਲਿਆ ਹੁੰਦਾ, ਨਵਾਂ ਉਹ ਪਾਵਰ ਕਿੱਥੋਂ ਰਹਿੰਦਾ? ਇਹ ਗ੍ਰਹਿਮੰਡ ਦੇ ਵਿੱਚੋਂ ਜੋ ਪਾਵਰ ਰੱਬੀ, ਜੋ ਰੱਬੀ ਤਾਕਤ ਵਿਚਰ ਰਹੀ ਹੈ ਗ੍ਰਹਿਮੰਡ ਦੇ ਵਿੱਚ, ਉੱਥੋਂ ਪਾਵਰ ਲੈ ਕੇ ਖੇਡਦਾ ਹੈ। ਆਪਾਂ ਨੂੰ ਅਜੇ ਗੁਰਦੁਆਰਾ ਸਾਹਿਬ ਆਏ ਹਾਂ, ਕਿਵੇਂ ਆਏ ਹਾਂ? ਉਹਦੇ ਸਹਾਰੇ ਆਏ ਹਾਂ, ਕਿਉਂਕਿ ਸਰੀਰ ਦਾ ਸਾਡਾ ਦਰਿਆ ਦੇਣ ਲੈ ਕੇ ਸਾਨੂੰ ਕਿਹੜੀ ਚੀਜ਼ ਨੂੰ ਅੰਦਰ ਪੈਂਦੀ ਹੈ ਤੁਹਾਡੇ, ਤੇ ਆਪਾਂ ਬੋਲ ਰਹੇ ਹਾਂ, ਸੁਣ ਰਹੇ ਹਾਂ, ਉਹ ਕਿਹੜੀ ਚੀਜ਼ ਹੈ? ਉਹ ਅੰਦਰ ਪਾਵਰ ਹੈ ਤੁਹਾਡੇ ਜਿੱਦਾਂ ਉਹ ਨਹੀਂ ਰਹਿਣੀ, ਫਿਰ ਨਾ ਕੋਈ ਸੁਣਨ ਵਾਲਾ ਰਹਿਣਾ, ਨਾ ਕੋਈ ਸੁਣਾਉਣ ਵਾਲਾ ਰਹਿਣਾ। ਏਦਾਂ ਸਮਝਣਾ ਰੱਬ, ਜੇ ਉਹ ਕਹੇ ਦੇਖਣਾ ਜੋ ਦਿਸੇ ਤੋਂ ਹੋਏ ਬਲਾਸਾ, ਭਾਈ ਜੋ ਦੀਨਾ ਹੈ ਉਹ ਇੱਕ ਤਰ੍ਹਾਂ ਜਿੱਦਣ ਖਤਮ ਹੋ ਜਾਣਾ, ਰੱਖਾ ਜੀ ਕਹਿੰਦੇ ਕਹਿ ਰਹੇ ਨੇ ਸਾਨੂੰ। ਇਸ ਕਰਕੇ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਕਿ ਮਿਲੇ ਪਰਤਾਂ ਗੁਸਾਈਆਂ, ਰਵਦਾਸ ਨੇ, ਕਬੀਰ ਨੇ, ਨਾਮਦੇਵ ਜੀ ਨੇ ਏਦਾਂ ਸਮਝਾਤਾ ਧੰਨੇ ਵੀ ਆਹ ਦੇਖ ਰੱਬ ਤੈਨੂੰ ਨਹੀਂ ਲਾਉ, ਸਾਰੀ ਸ੍ਰਿਸ਼ਟੀ ਦੇ ਵਿੱਚ ਦਿਖਾਈ ਨਹੀਂ ਦਿੰਦਾ ਪਰਮਾਤਮਾ ਦੇ ਵਿੱਚ, ਆ ਕੁੱਤੇ ਆ ਬਿੱਲਿਆਂ ਦੇ ਵਿੱਚ ਦਰਖਤ ਹਰੇ ਕਿਉਂ ਨੇ, ਕਿਉਂ ਨੇ ਕਰੇ? ਕਿਉਂਕਿ ਉਹਨਾਂ ਦੇ ਵਿੱਚ ਇੱਕ ਪਾਵਰ ਹੈ, ਇੱਕ ਸ਼ਕਤੀ ਹੈ ਜਿਹਨੂੰ ਰੱਬ ਕਿਹਾ ਜਾਂਦਾ ਹੈ। ਤੋ ਇਸ ਕਰਕੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਪ੍ਰਤਾਕਾ, ਧੰਨਾ ਜੀ ਕਹਿੰਦੇ ਨੇ ਮੇਰੀ ਵੀ ਕਿਸਮਤ ਚੰਗੀ ਹੋ ਗਈ ਕਿ ਮੈਨੂੰ ਇਹਨਾਂ ਮਹਾਂਪੁਰਸ਼ਾਂ ਦੇ ਰੱਬ ਬਾਰੇ ਜਾਣਕਾਰੀ ਦੇ ਦਿੱਤੀ। ਇਸ ਕਰਕੇ ਅੱਜ ਦਾ ਜੋ ਸ਼ਬਦ ਹੈ, ਜਦੋਂ ਇਹ ਸਾਰਾ ਉਹਨਾਂ ਦਾ ਭੁਲੇਖਾ ਦੂਰ ਹੋ ਗਿਆ, ਜਦੋਂ ਬਿਲਕੁਲ ਮਨ ਸਾਫ਼ ਹੋ ਗਿਆ, ਸਪਸ਼ਟ ਉਹਨਾਂ ਨੂੰ ਸਾਹਮਣੇ ਦਿਸਣ ਲੱਗ ਗਿਆ ਵੀ ਸਾਨੂੰ ਇਹਨਾਂ ਲੋਕਾਂ ਨੇ ਤਾਂ ਉਂਗਲੀਆਂ ਵਧਾਇਆ ਹੋਇਆ, ਆਹ ਜਿਹੜੇ ਬਹੁਪਾਤੀ ਲੋਕ ਨੇ, ਘਰ ਦੇ ਠੇਕੇਦਾਰ ਨੇ, ਇਹਨਾਂ ਨੇ ਤਾਂ ਸਾਨੂੰ ਹੋਰ ਹੀ ਚੱਕਰਾਂ 'ਚ ਪਾਇਆ ਹੋਇਆ। ਜਿਸ ਰੱਬ ਦੀ ਗੱਲ ਇਹ ਮਹਾਂਪੁਰਸ਼ ਕਰਦੇ ਨੇ, ਇਹਦੇ ਲਈ ਤਾਂ ਸਾਡਾ ਧੇਰਾ ਵੀ ਫਰਕ ਹੁੰਦਾ, ਕਿਉਂਕਿ ਜਿਸ ਰੱਬ ਦੀ ਗੱਲ ਇਹਨਾਂ ਮਹਾਂਪੁਰਸ਼ਾਂ ਨੇ ਕੀਤੀ ਹੈ ਉਹਦਾ ਖਾਂਦਾ ਵੀ ਕੁਛ ਨਹੀਂ, ਉਹ ਨਿਰਾਧਾਰ ਹੈ। ਆ ਠੀਕ ਆ, ਅਸੀਂ ਭੋਗ ਲਗਾ ਕੇ ਰੱਖ ਦਿੰਦੇ ਹਾਂ ਤੇ ਥੱਲੇ ਦੇਗ ਨੂੰ, ਲੇਕਿਨ ਉਨਾ ਹੀ ਰੱਖ ਦਿੰਦੇ ਹਾਂ, ਕਿਉਂਕਿ ਨਿਰਾਧਾਰ ਨਿਰਵੈਰ ਸੁਖਦਾਰੀ ਤਾਂ ਕਿ ਕੀਮਤ ਨਹੀਂ ਨਾ ਕਰੇ, ਉਹ ਨਹੀਂ ਉਹਨੂੰ ਭੋਜਨ ਦੀ ਲੋੜ ਨਹੀਂ, ਉਹਦਾ ਭੋਜਨ ਗਿਆਨ ਆ। ਤੋ ਇਸ ਕਰਕੇ ਜਦੋਂ ਧੰਨਾ ਜੀ ਨੂੰ ਇਹ ਗੱਲ ਸਾਰੀ ਸਪਸ਼ਟ ਹੋ ਗਈ ਕਿ ਹਾਂ ਬਈ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਇਹ ਸਹੀ ਆ, ਐਵੇਂ ਲੋਕ ਪਤਨਾਂ ਨੂੰ ਪੁੱਜੀ ਜਾਂਦੇ ਨੇ, ਐਵੇਂ ਦੇਵੀਆਂ ਨੂੰ ਭੋਗ ਲਗਾਈ ਜਾਂਦੇ ਨੇ, ਐਵੇਂ ਭੋਗ ਲਾਭ ਜਿਵੇਂ ਕਿ ਦੇਖਿਆ ਅੱਜ ਤੋਂ ਆਰਤੀਆਂ ਕਰਦੇ ਨੇ, ਉਹਨਾਂ ਨੇ ਆਰਤੀ ਕੀਤੀ, ਧੰਨੇ ਨੇ ਆਰਤਾ ਕੀਤਾ, ਕਿਉਂਕਿ ਗਿਆਨ ਲੱਗਿਆ ਉਹਦੇ ਅੰਦਰ। ਜਦੋਂ ਬੰਦਾ ਗਿਆਨ ਹਾਸਲ ਹੋ ਜਾਂਦਾ, ਜਿਹੜੇ ਬੰਦੇ ਨੂੰ ਗਿਆਨ ਆ ਜਾਂਦਾ
ਦੁਨੀਆਂ ਨੇ ਇਹਨੂੰ ਲੱਗਦਾ ਵੀ ਪੁੱਠਾ ਹੁੰਦਾ। ਜਿਸ ਬੰਦੇ ਨੂੰ ਰੱਬੀ ਗਿਆਨ ਦਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਬਾਣੀ ਦਾ ਗਿਆਨ ਆ ਜਾਂਦਾ ਤਾਂ ਲੋਕਾਂ ਨੂੰ ਲੱਗਦਾ ਇਹ ਪੁੱਠਾ ਹੁੰਦਾ, ਕਿਉਂਕਿ ਉਹਨਾਂ ਨੇ ਗੱਲ ਅਸਲ ਵਿੱਚ ਅਸੀਂ ਕੁਛ ਹਨੇਰੇ ਦੇ ਵਿੱਚ ਦੁੱਖ ਰਹੇ ਹੁੰਦੇ ਹਾਂ ਉਹ ਚਾਨਣ ਦੇ ਵਿੱਚ ਹੁੰਦਾ, ਤਾਂ ਸਾਨੂੰ ਆਪਣੇ ਨਾਲ ਉਲਟ ਲੱਗਦਾ। ਤਾਂ ਕਰਕੇ ਇਹਨਾਂ ਮਹਾਂਪੁਰਸ਼ਾਂ ਦਾ ਬੜਾ ਦੁੱਖ ਹੋਇਆ ਜਦੋਂ ਕੱਲੇ ਨੂੰ ਇਹ ਗੱਲ ਸਪਸ਼ਟ ਹੋ ਗਈ ਬਈ ਬਾਣੀ ਬਾਬੇ ਤੱਕ ਤਾਂ ਆ ਇਹ ਤਾਂ ਕੱਟ ਨਹੀਂ ਕਰਾਉਂਦਾ, ਇਹ ਤਾਂ ਯਾਦ ਕਰ ਲਓ ਬਸ ਮਨ ਦੇ ਵਿੱਚ ਮਨ ਲੋ ਕੇ ਉੱਠੇਗਾ। ਕੋਈ ਇਹਦੇ ਲਈ ਤੁਹਾਨੂੰ ਵਿਚਰ ਕਰਨ ਦੀ ਲੋੜ ਨਹੀਂ, ਕੋਈ ਸਮਾਧੀਆਂ ਲਾਉਣ ਦੀ ਲੋੜ ਨਹੀਂ, ਕੋਈ ਜਗ੍ਹਾ ਜਾ ਕੇ ਭਟਕਣ ਦੀ ਲੋੜ ਨਹੀਂ, ਕੋਈ ਕੁੱਤੇ ਲੜਨ ਦੀ ਲੋੜ ਨਹੀਂ, ਤੇ ਕੋਈ ਤੁਹਾਨੂੰ ਤਪ ਨਹੀਂ ਕਰਨ ਦੀ ਲੋੜ। ਵੱਡੇ ਵੱਡੇ ਦੇਵ ਤੇ ਕਈ ਯੁੱਗ ਤੇਰੀ ਕਰਨ ਪਾਇਆ ਇਹਨੇ ਤੇਰਾ ਅੰਤ ਨਾ ਪਾਇਆ, ਏਦਾਂ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਜੇ ਅੰਤ ਪਾਇਆ ਤਾਂ ਸ਼ੁਕਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਨੂੰ ਧੰਨਵਾਦ ਕਰਨਾ ਚਾਹੀਦਾ ਹੈ ਕਿ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਬਣ ਹੋਏ ਜਿਨ੍ਹਾਂ ਨੇ ਸੰਸਾਰ ਦੇ ਲੋਕਾਂ ਨੂੰ ਰਸਤਾ ਬਤਾਇਆ ਕਿ ਭਾਈ ਜੋ ਕੁਛ ਮਿਲਣਾ ਹੈ ਰੱਬ ਤੋਂ ਮਿਲਣਾ ਹੈ। ਉਹ ਐਸ ਸ਼ਬਦ ਦੇ ਵਿੱਚ ਵੀ ਤਾਂ ਧੰਨਾ ਜੀ ਨੇ ਜਦੋਂ ਇਹ ਸਾਰੀ ਗੱਲ ਸਮਝ ਲਈ ਫਿਰ ਬੜੇ ਖੁਸ਼ ਹੋ ਗਏ। ਉਹ ਕਹਿੰਦੇ ਲਓ ਹੁਣ ਰੱਬ ਵੱਲ ਮੇਰੇ ਵਿੱਚ ਤਾਂ ਕੋਈ ਫਰਕ ਹੀ ਨਹੀਂ, ਜਿਵੇਂ ਰਵਦਾਸ ਜੀ ਨੇ ਕਿਹਾ ਤੋਹੀ ਮੋਹੀ 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 ਅੰਤਰ ਕੈਸਾ, ਤੂੰ ਮੇਰੇ ਵਿੱਚ ਮੈਂ ਤੇਰੇ ਵਿੱਚ ਹਾਂ, ਕਹਿ ਰਵਦਾਸ ਆਪੇ ਨੇੜੇ ਸਹਿਜੇ ਹੋਈ ਸੋ ਗਈ। ਇਹ ਤਾਂ ਸੌਖਾ ਹੀ ਬੜਾ ਪ੍ਰਭ ਨੂੰ ਕੋਲ ਸਹਿਜੇ ਹੀ ਪਾ ਲਿਆ, ਕਿਉਂਕਿ ਉਹ ਮੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ, ਜੋ ਸਾਡੇ ਅੰਦਰ ਬੈਠਾ ਤੱਕ ਵੀ ਇਹਦੇ ਸਾਡੇ ਬਾਹਰ ਦੂਰ ਨੇ, ਜੋ ਅੰਦਰ ਬੈਠਾ ਉਹ ਬਿਲਕੁਲ ਹੀ ਨੇੜੇ, ਕਹਿ ਰਵਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਗਈ। ਜਦੋਂ ਇਹ ਸਾਰੀਆਂ ਗੱਲਾਂ ਧੰਨਾ ਜੀ ਨੇ ਸਮਝ ਲੀਆਂ ਫਿਰ ਉਹ ਕਹਿੰਦਾ ਸਿੱਧੀਆਂ ਗੱਲਾਂ ਕਰਨ ਲੱਗਾ ਬੰਦੇ ਨਾਲ, ਛੱਡਦਾ ਸਭ ਪਾਸੇ ਫਿਰ ਕੀ ਕਹਿੰਦਾ ਗੋਪਾਲ ਤੇਰਾ ਮਾਤਾ, ਗੋਪਾਲ ਜਿਹਦੇ ਸਹਾਰੇ ਧਰਤੀ ਖੜੀ ਹੈ ਅਸਮਾਨ ਖੜਾ ਚੰਦ ਤਾਰੇ ਖੜੇ ਨੇ, ਉਹਨਾਂ ਨੂੰ ਕਹਿੰਦੇ ਨੇ ਧੰਨਾ ਜੀ ਗੋਪਾਲ ਤੇਰਾ ਮਾਤਾ। ਇਹ ਤਾਂ ਮੂਰਤੀਆਂ ਉਹਦੇ ਹੱਥ ਪਿਆ ਕਰਦੇ ਨੇ, ਮੈਂ ਤੈਨਾਂ ਆਤਾ ਕਰਦਾ, ਕਿਉਂਕਿ ਜੱਟ ਸੀ ਨਾ ਕਿਸਾਨ ਸੀਗਾ ਉਹਨੂੰ ਪਤਾ ਸਿੱਧਾ ਜਿਹਾ ਦਿਮਾਗ ਹੁੰਦਾ, ਉਹ ਕਹਿੰਦਾ ਨਾ ਇਹ ਆਪ ਜਿਹੜੇ ਕਰਦੇ ਨੇ ਮੈਂ ਤਾਂ ਆਪ ਕਰ ਦੂੰਗਾ। ਗੋਪਾਲ ਤੇਰਾ ਮਾਤਾ ਜੋ ਜਨ ਤੁਮ ਦੀ ਭਗਤ ਕਰਾਂਦੇ ਤਿਨਕੇ ਕਾਜ ਸਵਾਰਤਾ, ਕਿ ਮੈਨੂੰ ਹੁਣ ਪਤਾ ਲੱਗ ਗਿਆ ਕਿ ਜਿਹੜੇ ਕਾਜ ਸਵਾਰੇ ਜਾਣੇ ਨੇ ਉਹ ਤੇਰੇ ਤੋਂ ਸਵਾਰੇ ਜਾਣੇ ਨੇ, ਤੇਰੀ ਭਗਤੀ ਕਰਨ ਦੇ ਨਾਲ ਮੇਰੇ ਜਿਹੜੇ ਕਾਰਜ ਉਹ ਸਿੱਧ ਹੋ ਜਾਣੇ ਨੇ। ਗੋਪਾਲ ਤੇਰਾ ਮਾਤਾ ਜੋ ਜਨ ਤੁਮ ਦੀ ਭਗਤ ਕਰਾਂਦੇ ਤਿਨਕੇ ਕਾਜ ਸਵਾਰਤਾ, ਤੂੰ ਉਹਨਾਂ ਦੇ ਨਾਲ ਵੀ ਸਵਾਰ ਦੇਣਾ ਹੈ, ਕਿਉਂਕਿ ਜਿਹੜੇ ਕਰਤਾ ਤਕਰ ਭਗਵਾਨ ਬਣੇ ਬੈਠੇ ਨੇ ਧਰਮ ਦੇ ਠੇਕੇਦਾਰ ਬਣੇ ਬਣੇ ਬੈਠੇ ਨੇ, ਇਹਨਾਂ ਨੇ ਹਾਲੇ ਤੱਕ ਸਾਡਾ ਕੁਛ ਨਹੀਂ ਸਵਾਰਿਆ ਹੈ। ਸੋ ਇਸ ਕਰਕੇ ਧੰਨਾ ਜੀ ਆਪਣੀ ਗੱਲ ਕਹਿੰਦੇ ਹਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਾਂਦੇ ਤਿਨਕੇ ਕਾਜ ਸਵਾਰਤਾ, ਇਹ ਗੱਲ ਮੈਨੂੰ ਪਤਾ ਲੱਗ ਗਈ ਹੈ ਜੇ ਮੇਰੇ ਕਾਜ ਸਿਮਰਨੇ ਹਨ, ਜੇ ਮੇਰਾ ਭਲਾ ਹੋਣਾ ਹੈ, ਜੇ ਮੇਰੇ ਸਮਾਜ ਦਾ ਭਲਾ ਹੋਣਾ ਹੈ ਤਾਂ ਤੇਰੇ ਲੜ ਲੱਗ ਕੇ ਹੋਣਾ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਰਹਾਓ, ਇਹ ਵੀ ਕਹਿੰਦੇ ਨੇ ਦਾਲ ਸੀਧਾ ਮਾਂਗੂ ਘਿਓ, ਹੁਣ ਤੂੰ ਮੈਨੂੰ ਰੱਬਾ ਆਹ ਜ਼ਰੂਰਤਾਂ ਮੇਰੀਆਂ ਪੂਰੀਆਂ ਕਰ ਦੇ, ਭੁੱਖੇ ਰਹਿਣ ਦੀ ਗੱਲ ਨਹੀਂ ਕੀਤੀ। ਕਹਿੰਦਾ ਦੇ ਹੁਣ ਤੂੰ ਮੈਨੂੰ, ਤੂੰ ਮੇਰਾ ਬਾਪ ਆ, ਬਾਪ ਦਾ ਫਰਜ਼ ਹੁੰਦਾ
ਆਪਣੀ ਔਲਾਦ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਦੇਣਾ, ਭੋਜਨ ਤਿਆਰ ਲੱਭ ਕੇ ਦੇਣਾ, ਕਿਤੋਂ ਵੀ ਲਿਆ ਕੇ ਦੇਣਾ, ਦਾਲ ਮੈਨੂੰ ਦਾਲ ਦੇ, ਸੀਧਾ ਦੇ, ਆਟਾ ਦੇ, ਘਿਓ ਦੇ, ਦਾਲ ਸੀਧਾ ਮਾਂਗੂ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਮੈਂ ਖੁਸ਼ ਰਹਾਂ, ਤੂੰ ਮੈਨੂੰ ਦਾਲ ਦੇ, ਸੀਧਾ ਦੇ, ਆਟਾ ਦੇ, ਨਾਲ ਘਿਓ ਵੀ ਦੇ, ਮੈਂ ਵਧੀਆ ਭੋਜਨ ਤਿਆਰ ਕਰਾਂ। ਇੱਥੇ ਭੁੱਖੇ ਰਹਿਣ ਦੀ ਗੱਲ ਨਹੀਂ ਕੀਤੀ ਹੈ ਕਿ ਮੈਂ ਭੁੱਖਾ ਰਹਾਂ, ਨਾ, ਮੈਂ ਖੁਸ਼ ਹੋਊਂਗਾ ਇਹ ਚੀਜ਼ਾਂ ਖਾ ਕੇ, ਮੈਨੂੰ ਇਹ ਦੇਹ ਰੱਬਾ ਇਹ ਤੇ ਕੋਈ ਮਿਲਣੀਆਂ ਨੇ, ਪਰ ਦਿੱਤੀਆਂ ਹੋਈਆਂ ਨੇ ਪਰਮਾਤਮਾ ਨੇ, ਕੌਣ ਦਿੰਦਾ ਆਪਾਂ ਨੂੰ? ਆਹ ਜਿਹੜੀ ਧਰਤੀ ਦਿੱਤੀ ਹੈ ਰੱਬ ਨੇ, ਇਹ ਕਿਉਂ ਦਿੱਤੀ? ਕਿ ਤੂੰ ਇਹਦੇ ਵਿੱਚ ਫਸਲ ਪੈਦਾ ਕਰਨਾ, ਅਨਾਜ ਪੈਦਾ ਕਰਨਾ, ਦਾਣਾ ਪੈਦਾ ਕਰਨਾ, ਸਬਜ਼ੀਆਂ ਪੈਦਾ ਕਰਨਾ, ਫਲ ਫਰੂਟ ਪੈਦਾ ਕਰਨਾ, ਇਹ ਪੈਦਾ ਕਰਕੇ ਤੂੰ ਆਪਣਾ ਜੀਵਨ ਕੁਸ਼ਲ ਕਰ, ਇਹ ਰਾਤ ਭੋਜਨ ਖਾ। ਤੇ ਇਸੇ ਸ਼ਾਮ ਦੇ ਨਾਲ ਕੰਨਾ ਜੀ ਨੇ ਕਿਹਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਾਉਂਦੇ, ਤਿਨਕੇ ਕਾਜ ਸਵਾਰਤਾ ਰਹਾਉ, ਦਾਲ ਸੀਧਾ ਮਾਂਗੂ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਤਾਂ ਜੋ ਮੇਰੀਆਂ ਇਹ ਸਾਰੀਆਂ ਲੋੜਾਂ ਜਦੋਂ ਪੂਰੀਆਂ ਹੋ ਜਾਣਗੀਆਂ ਤਾਂ ਮੈਂ ਖੁਸ਼ੀ ਖੁਸ਼ੀ, ਮੇਰਾ ਮਨ ਹੋ ਜਾਊਗਾ, ਖੁਸ਼ ਹੋ ਜਾਊਗਾ, ਮੇਰਾ ਪਰਿਵਾਰ ਵੀ ਸੁਖੀ ਰਹੂਗਾ, ਖੁਸ਼ ਰਹੂਗਾ, ਮੈਂ ਵੀ ਖੁਸ਼ ਰਹੂੰਗਾ। ਦਾਲ ਸੀਧਾ ਮਾਂਗੂ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਕਿਉਂਕਿ ਕਬੀਰ ਸਾਹਿਬ ਨੇ ਵੀ ਆਪਣੇ ਸ਼ਬਦ ਦੇ ਵਿੱਚ ਕਿਹਾ, ਭੁੱਖੇ ਭਗਤ ਨ ਕੀਜੇ ਜੈ ਬਾਲਾ ਆਪਣੀ ਕੀਜੇ। ਕਿਉਂਕਿ ਦੇਖੋ ਸਾਡਾ ਜਿਹੜਾ ਸੰਬੰਧ ਹੈ ਰੱਬ ਦੇ ਨਾਲ ਕਿਹਾ, ਪਹਿਲਾਂ ਐ ਸੋਚਣਾ, ਆਪਣਾ ਜਿਹੜਾ ਸੰਬੰਧ ਹੈ ਉਹ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜਿਵੇਂ ਬਾਪ ਪੁੱਤਰ ਦਾ ਸੰਬੰਧ ਹੈ, ਬੱਚਿਆਂ ਦਾ ਸੰਬੰਧ ਨਾ ਸਾਡੇ ਨਾਲ, ਬੱਚੇ ਦੋਸਤ ਦੇ ਨਾਲ, ਜਿੱਤ ਦੇ ਨਾਲ ਪੈਦਾ ਕਰ ਲੋ, ਫਲ ਫਰੂਟ ਪੈਦਾ ਕਰ ਲੋ, ਕਪਾਹ ਪੈਦਾ ਕਰਕੇ ਕੱਪੜੇ ਬਣਾ ਲੋ,
ਸਭ ਕੁਛ ਦਿੱਤਾ। ਪੰਨੀਆਂ ਸਾਧ ਨੇਕਾਂ ਨੇਕਾਂ, ਮੈਂ ਚੰਗੀ ਜੁੱਤੀ ਮੰਗਦਾ ਲੋਕਾਂ ਲਈ, ਸਹੁਰਾਂ ਲਈ ਸ਼ਾਗਨ, ਮੈਂ ਵਧੀਆ ਕੱਪੜੇ ਮੰਗਦਾ, ਆਰਾਮ ਮੈਨੂੰ ਸੱਤ ਸੀਗਾ ਤੇ ਮੈਨੂੰ ਸੱਤ ਪ੍ਰਕਾਰ ਦਾ ਰੋਟੀ ਦੇ, ਕਣਕ ਵੀ ਦੇ, ਛੋਲੇ ਦੇ, ਮੱਕੀ ਦੇ, ਇੱਡਾ ਦਾ ਸੱਤ ਕਿਸਮ ਦਾ ਮੈਨੂੰ ਅਨਾਜ ਦੇ, ਮੈਂ ਬਦਲ ਬਦਲ ਕੇ ਖਾਵਾਂ, ਆਰਾਮ ਮੈਨੂੰ ਸੱਤ ਸੀਗਾ। ਇੱਕ ਨੇਲੇ ਮੰਗਿਆ, ਗਊ ਭੈਸ ਮੈਂ ਕੁੰਡਾ ਵੇਰੀ, ਇੱਕ ਤਾਜ ਮੁਰੀ ਜਗੇਰੀ, ਮੈਨੂੰ ਇੱਕ ਗਊ ਦੇ, ਇੱਕ ਵੱਜ ਦੇ। ਆਪਾਂ ਦੇਖਦੇ ਨਾ, ਆਪਾਂ ਕਹਿ ਦਿੰਦੇ ਹਾਂ ਜਿਹੜੀ ਤਰ੍ਹਾਂ ਤੁਹਾਡੇ ਜ਼ਮੀਨਾਂ ਕਿੱਥੋਂ ਆ ਗਈਆਂ, ਕਈ ਮੈਨੂੰ ਪੁੱਛ ਰਹੇ ਨੇ ਕਦੋਂ ਆਈਆਂ ਕਿਵੇਂ ਆਈਆਂ, ਇਹ ਭਾਈ ਐਡਾ ਕਰਕੇ ਖੁੱਲ ਕੇ ਬੋਲੀਆਂ ਨੇ, ਜਦੋਂ ਕਰਕੇ ਬੋਲੀਆਂ ਨੇ ਦੇ ਸਾਨੂੰ, ਇੱਕ ਗਾਂ ਦੇ ਇੱਕ ਵੱਜ ਦੇ, ਉਹ ਵੀ ਟੁੱਟਣ ਲੱਗ ਗਈ, ਐਵੇਂ ਲੱਗਦਾ ਜਿਸ ਦੁੱਧ ਬਣਾ ਦਿੰਦੀ ਹੋਵੇ, ਗਵੇ ਨਹੀਂ ਦੇ। ਗਊ ਭੈਸ ਮੰਗੂ ਨਵੇਰੀ, ਇੱਕ ਤਾਜਨ ਪੂਰੀ ਚੰਗੇਰੀ, ਤਾਜਨ ਪੂਰੀ ਚੰਗੇਰੀ ਦਾ ਘੋੜੀ ਪੂਰੀ ਕਹਿੰਦੇ ਨੇ ਘੋੜੀ ਨੂੰ, ਮੈਨੂੰ ਆਪਣੀ ਘੋੜੀ ਦੇ ਮੇਰੇ ਜਿਹੜੇ ਵਿੱਚ ਖੜੀ ਹੋਵੇ, ਇਹ ਉਸ ਸਮੇਂ ਦੀਆਂ ਗੱਲਾਂ ਨੇ। ਮੈਂ ਕਿਤੇ ਜਾਣਾ ਹੋਵੇ ਉਹਦੇ ਤੇ ਬੈਠਾ, ਮਤਲਬ ਮੈਂ ਚਲੇ ਜਾਓ, ਹੁਣ ਤਾਂ ਕਾਰਾਂ ਲੱਗ ਜਾਂਦਾ, ਹੁਣ ਕਾਰਾਂ ਲੱਗਦੇ ਨੇ, ਘੋੜੀਆਂ ਨਹੀਂ ਲੱਗਦਾ, ਕਿਉਂਕਿ ਉਦੋਂ ਘੋੜੀਆਂ ਨਹੀਂ ਸਾਧਨ ਸੀ ਕਿਤੇ ਜਾਣ ਦਾ, ਕਿਤੇ ਇੱਧਰ ਉੱਧਰ ਜਾਣਾ ਹੋਵੇ ਤਾਂ ਘੋੜੀਆਂ ਦੇ ਉੱਤੇ ਬਹਿ ਕੇ ਲੋਕ ਚਲੇ ਜਾਂਦੇ ਸੀ। ਕਹੂ ਭੈਸ ਮੁੱਲ ਮੇਰੀ, ਇੱਕ ਤਾਜਨ ਪੂਰੀ ਜਗੇਰੀ, ਮੈਨੂੰ ਗਊ ਦੇ, ਇੱਕ ਮੱਝ ਦੇ, ਨਵੇਲੀ ਦੇ, ਸੱਜਣ ਸੋਈ ਹੋਈ ਦੇ, ਜਿਹੜੀਆਂ ਦੁੱਧ ਦਿੰਦੀਆਂ ਹੋਣ, ਤਾਂ ਕਿ ਮੈਂ ਉਹਨਾਂ ਦਾ ਦੁੱਧ ਪੀ ਕੇ ਤਕੜਾ ਰਹਾਂ, ਮਜ਼ਬੂਤ ਰਹਾਂ, ਕਿਉਂਕਿ ਮੈਂ ਖੇਤੀ ਦਾ ਕੰਮ ਕਰਾਂ, ਖੇਤੀ ਦਾ ਕੰਮ ਐਵੇਂ ਨਹੀਂ ਹੁੰਦਾ ਬਿਨਾਂ ਜਾਣ ਤੋਂ ਨਹੀਂ ਹੁੰਦਾ। ਗਊ ਭੈਸ ਮੁੱਲ ਮੇਰੀ, ਇੱਕ ਤਾਜਨ ਪੂਰੀ ਜਗੇਰੀ, ਇੱਕ ਵਧੀਆ ਘੋੜੀ ਦੇ ਮੈਨੂੰ, ਅਰਬੀ ਘੋੜੀ, ਤਾਂ ਕਿ ਜਦੋਂ ਮੈਂ ਉਹਦੇ ਬੈਠਾ ਮੈਨੂੰ ਹਵਾ ਨੂੰ ਲੈ ਕੇ ਮਿਲਦੀ ਹੈ। ਇੱਕ ਤਾਜਨ ਪੂਰੀ ਚੰਗੇਰੀ, ਘਰ ਦੀ ਜੀਨ ਚੰਗੀ, ਚੰਦ ਨਾਲੇ ਦੇ ਮੰਗੀ, ਅਖੀਰ ਦੇ ਵਿੱਚ ਕੀ ਮੰਗਿਆ ਉਹਨੇ, ਕਿ ਰੱਬਾ ਮੈਨੂੰ ਘਰ ਆਣਗੀ ਵਧੀਆ ਦੇ, ਜਵਾਨ ਹੋਵੇ, ਸੋਹਣੀ ਹੋਵੇ, ਸੁੰਦਰ ਹੋਵੇ, ਚੰਗੀ ਹੋਵੇ, ਸੁਖੜ ਹੋਵੇ, ਸਿਆਣੀ ਹੋਵੇ, ਘਰ ਦੀ ਜੀਨ ਚੰਗੀ, ਚੰਦ ਨਾਲੇ ਦੇ ਮੰਗੀ, ਆਹ ਕੁਛ ਮੰਗਿਆ ਰੱਬ ਕੋਲੋਂ, ਮੇਰੇ ਘਰ ਵਾਲੇ ਵੀ ਸਿਆਣੀ ਹੋਵੇ, ਕਿਉਂਕਿ ਖੇਤੀ ਦਾ ਕੰਮ ਕਰਨਾ, ਬੱਚਾ ਵੀ ਸਾਂਭਣੀ ਜਾਂਦੇ, ਐਵੇਂ ਨਾ ਹੋਵੇ ਆਪਸੀ ਹੀ ਨਾ ਹੋਵੇ ਬੱਚੇ ਦੇ ਕਈ ਵੇਲੇ ਸਾਡੇ ਘਰ, ਕਿਉਂਕਿ ਕਾਰੋਬਾਰ ਮੇਰਾ ਜ਼ਿਆਦਾ ਵਾ, ਮੇਰੇ ਡੰਗਰ ਪਸ਼ੂ ਵੀ ਮੈਂ ਸਾਂਭਣੇ, ਮੇਰੇ ਕੋਲ ਘੋੜੀ ਵੀ ਆ, ਮੈਂ ਇੱਕਾਂ ਦਾ ਹੀ ਨੌਕਰੀ ਕਰਨਾ, ਮੇਰੀ ਘਰ ਵਾਲੇ ਕਿਤੇ ਐਵੇਂ ਨਾ ਦੇ ਜੀ, ਜਿਹੜੀ ਕੰਮ ਕਰਕੇ ਨਾ ਰਾਜ਼ੀ ਹੋਵੇ, ਉਹ ਵੀ ਮੈਨੂੰ ਚੰਗੀ ਦੇ, ਘਰ ਕੀ ਜੀਵਨ ਚੰਗੀ, ਜਨਤ ਨਾਲੇ ਦੇ ਮੰਗੀ, ਮੈਂ ਤੇਰੇ ਕੋਲ ਆਹ ਕੁਛ ਮੰਗ ਲਵਾਂਗਾ। ਦੇਖੋ ਹੁਣ ਜੇ ਉਹਦਾ ਰੱਬ ਨਾਲ ਪਿਆਰ ਸੀ, ਜੇ ਕੰਨੇ ਨੇ ਰੱਬ ਨੂੰ ਆਪਣਾ ਪਿਤਾ ਸਮਝ ਲਿਆ ਤਾਂ ਮੰਗੇ, ਪਿਤਾ ਪੁੱਤਰ ਦਾ ਕੀ ਸੰਬੰਧ ਆ, ਪਿਤਾ ਦੇਣ ਵਾਲਾ, ਹਰ ਲੋੜ ਪੂਰੀ ਕਰਨ ਵਾਲਾ, ਆਪਣੇ ਬੱਚਿਆਂ ਦੀ, ਪੁੱਤਰ ਜਿੱਤ ਕੇ ਮੰਗਣ ਵਾਲਾ, ਪੁੱਤਰ ਮੰਗ ਸਕਦਾ, ਜਿੱਤ ਕੇ ਮੰਗ ਸਕਦਾ ਆਪਣੇ ਪਿਓ ਕੋਲ, ਕਿਉਂਕਿ ਆਪਾਂ ਕਿਤੇ ਲੈ ਕੇ ਦਿੰਦੇ ਬੱਚਿਆਂ ਨੂੰ, ਸਾਨੂੰ ਉਹ ਜਿਹੜੀ ਚੀਜ਼ ਮੰਗਦੇ ਨੇ ਉਹ ਦੇਣੀ ਪੈਂਦੀ ਆ। ਕਈ ਵਾਰੀ ਆਪਾਂ ਘਰ ਦੇ ਵਿੱਚ ਕਹਿੰਦੇ ਨੇ ਬੱਚੇ ਕਿ ਪਾਪਾ ਮੈਨੂੰ ਹੁਣ ਤਾਂ ਮੋਟਰਸਾਈਕਲ ਲੈ ਕੇ, ਉਹ ਕਹਿੰਦਾ ਨਹੀਂ ਰਹਿਣ ਦੇ, ਤੁਹਾਨੂੰ ਰਹਿਣਾ, ਇਹਦੇ ਨਾਲ ਇਹ ਹੋ ਜਾਂਦਾ, ਉਹ ਹੋ ਜਾਂਦਾ, ਤੂੰ ਮੋਟਰਸਾਈਕਲ ਲੈ, ਪਰ ਜਿੱਦ ਬਣ ਲੈਂਦਾ, ਹੋਰ ਕਿਸੇ ਨੂੰ ਨਹੀਂ ਜਿੱਦ ਕਰੂ, ਨਾ ਤਾਏ ਨੂੰ, ਨਾ ਚਾਚੇ ਨੂੰ, ਕਿਸੇ ਹੋਰ ਨੂੰ ਨਹੀਂ ਕਰੂ, ਕਿਉਂ ਉਹਨੂੰ ਪਤਾ ਵੀ ਮੇਰੀ ਜਿਹੜੀ ਮੰਗ ਆ ਉਹ ਮੇਰੇ ਤੇ ਉਹਦੇ ਪੈਰ ਪੂਰੀ ਕਰਨੀ ਆ, ਹੋਰ ਕਿਸੇ ਨੇ ਨਹੀਂ ਕਰਨੀ। ਇਸੇ ਤਰ੍ਹਾਂ ਦੱਦਾ ਧੰਨੇ ਨੇ ਰੱਬ ਨੂੰ ਆਪਣਾ ਬਾਪ ਸਮਝ ਲਿਆ, ਸਾਹਿਬ ਬਾਪ ਨੂੰ ਮਾਰਾ,
ਚੰਗੀ ਮੰਗੀ, ਗਊ ਮੰਗੀ, ਮੱਝ ਮੰਗੀ, ਇਹ ਸਾਰਾ ਕੁਛ ਮੰਗਿਆ। ਤੋ ਇਸ ਕਰਕੇ ਹੁਣ ਕਿਉਂਕਿ ਹਾਲਾਤ ਬਦਲਦੇ ਨੇ, ਹੁਣ ਅੱਜ ਜਿਹੜੇ ਸਿੱਖ ਧਰਮੇ ਦੇ ਸਮਾਜ ਦੇ ਲੋਕ ਨੇ ਉਹ ਕੀ ਮੰਗਦੇ ਨੇ, ਕੋਠੀਆਂ ਮੰਗਦੇ ਨੇ, ਕਾਰਾਂ ਮੰਗਦੇ ਨੇ, ਅਮਰੀਕਾ ਇੰਗਲੈਂਡ ਦੇ ਵੀਜ਼ੇ ਮੰਗਦੇ ਨੇ, ਅਸੀਂ ਬਾਹਰ ਜਾਈਏ, ਬਾਹਰ ਜਾ ਕੇ ਜਾਈਏ, ਦੇਖੋ ਧਿਆਨ ਮੰਗ ਰਿਹਾ ਤਾਂ ਉਹ ਕਿਆ ਕਰ ਰਹੇ, ਆਹ ਕੁਛ ਮੰਗਿਆ ਤੁਹਾਨੂੰ ਪਤਾ ਰੱਬ ਦਿੰਦਾ, ਅਸੀਂ ਰੱਬ ਦਾ ਕੋਈ ਨੀ, ਅਸੀਂ ਉਸ ਰੱਬ ਤੱਕ ਪਹੁੰਚੇ ਹੀ ਨਹੀਂ, ਸਾਨੂੰ ਦੇਣਾ ਕਿਹਦੇ ਆ, ਕਿਉਂਕਿ ਅਸੀਂ ਉਹਦੇ ਨਾਲ ਆਪਣਾ ਸੰਬੰਧ ਬੱਚਿਆਂ ਪਿਓਆਂ ਦਾ ਬਣਾਇਆ ਹੀ ਨਹੀਂ, ਅਸੀਂ ਤਾਂ ਮੁੰਡੇ ਨੂੰ ਪੁੱਜਦੇ ਰਹੇ, ਪੱਥਰਾਂ ਨੂੰ ਪੁੱਜਦੇ, ਜਿਹੜਾ ਬੋਲਦਾ ਹੀ ਨਹੀਂ ਹੈਗਾ, ਜਿਹੜਾ ਜੜ ਰੂਪਾ ਜਿਹਦੋਂ ਤੋਂ ਗਿਆਨ ਹੀ ਨਹੀਂ ਹਾਸਲ ਹੋਣਾ, ਤੇ ਸਾਨੂੰ ਮਿਲਣਾ ਵੀ ਨਹੀਂ, ਸਾਡਾ ਦਿਮਾਗ ਤਾਂ ਨਹੀਂ ਭਰ ਰਿਹਾ ਨਾ, ਉਹਦੇ ਰੱਬ ਨੂੰ ਸਮਝ ਸਮਝਿਆ ਹੀ ਨਹੀਂ ਹੈ, ਰੱਬ ਨੂੰ ਮੰਨਿਆ ਹੀ ਨਹੀਂ ਹੈ। ਤੁਸੀਂ ਇੱਥੇ ਆ ਕੇ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਕੀ ਨਹੀਂ ਮਿਲਦਾ, ਸਭ ਕੁਛ ਮਿਲੂ, ਤੇ ਸਾਡੇ ਹਜ਼ਾਰਾਂ ਸਾਲਾਂ ਤੋਂ ਪਿੱਛੇ ਜਿਹੜਾ ਮਾਰੋ ਆਪਣੇ ਵੱਡੇ ਵਡੇਰੇ ਲੰਬੇ ਪੈ ਪੈ ਕੇ ਜਾਂਦੇ ਰਹੇ, ਤਿੰਨ ਦਸ ਸਾਲਾਂ ਦੇ ਉੱਤੇ ਜਾਂਦੇ ਰਹੇ, ਕਦੇ ਉਹ ਕੋਈ ਕਿਤੇ ਗਿਆ, ਕੋਈ ਕਿਤੇ ਗਿਆ, ਅੱਜ ਵੀ ਜਾਂਦੇ ਨੇ ਬਹੁਤ ਸਾਰੇ, ਤੇ ਮਿਲਦਾ ਕੀ ਆ, ਕੁਛ ਨਹੀਂ, ਸਭ ਤੋਂ ਪਹਿਲੀ ਕੋਈ ਕੌਮ ਜੋ ਹੈ ਸਾਡੀ, ਸਭ ਤੋਂ ਅਸੀਂ ਪਛੜ ਗਏ, ਕਿਉਂਕਿ ਅਸੀਂ ਰੱਬ ਨੂੰ ਬਾਪ ਮੰਨੇ ਹੀ ਨਹੀਂ, ਅਸੀਂ ਹੋਰ ਰੱਬ ਨੂੰ ਮੰਨੇ ਬੈਠੇ ਹਾਂ, ਹਰ ਸੋ ਹੀਰਾ ਕਾਟ ਕੇ ਕਰੇ ਰਾਮ ਦੀ ਆਸ, ਤੇ ਨਾਲ ਰੋਜ਼ਿਕ ਜਾਣੇਗੇ ਸਭ ਪਾਸੇ ਅਰਦਾਸ, ਉਹਨਾਂ ਦਾ ਇਹੀ ਹੱਕ ਹੈ, ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਕੇ ਪਰਮਾਤਮਾ ਨੂੰ ਛੱਡ ਕੇ ਜਿਹੜੇ ਹੋਰ ਪਾਸੇ ਤੁਰੇ ਕਰਦੇ ਨੇ, ਹੋਰਨਾਂ ਹੋਰਨਾਂ ਨੂੰ ਜਾ ਕੇ ਮਰਦੇ ਨੇ, ਉਹ ਹਮੇਸ਼ਾ ਗਰੀਬ ਰਹਿਣਗੇ, ਜਲੇਧਰ ਰਹਿਣਗੇ, ਪਛੜ ਜਾਣਗੇ, ਉਹ ਤਰੱਕੀ ਨਹੀਂ ਕਰ ਸਕਦੇ ਨੇ। ਤੇ ਜਿਹਨਾਂ ਧੰਦੇ ਵਰਗਿਆਂ ਨੇ ਰੱਬ ਨੂੰ ਮੰਨਿਆ ਨਾ, ਕਿ ਗੋਪਾਲ ਤੇਰਾ ਆਰਤਾ ਜੋਜਨ ਤੂੰ ਨੇ ਕਰਨ ਦੇ ਤਰੀਕੇ ਕਾਰਨ ਸਮਾਰਤਾ, ਜਿਹਨਾਂ ਨੇ ਮੰਨਿਆ, ਜਿਹਨਾਂ ਦੇ ਸਮਾਜ ਨੇ ਮੰਨਿਆ, ਉਹ ਤਰੱਕੀਆਂ ਕਰਦੇ, ਉਹ ਆਕਾਰਾਂ ਆ ਗਈਆਂ, ਕੋਠੀਆਂ ਆ ਗਈਆਂ, ਹੋਰ ਬੜਾ ਕੁਛ ਆ ਗਿਆ, ਕਿਉਂਕਿ ਉਹਨਾਂ ਨੇ ਇਹਨੂੰ ਮੰਨਿਆ। ਅਸੀਂ ਮੌਜੂਦ ਪਾਸੇ ਤੁਰੇ ਕਰਦੇ, ਗੁਲਾਮੀਆਂ ਕਰਦੇ ਹਾਂ, ਕਿਉਂਕਿ ਸਾਨੂੰ ਹਜ਼ਾਰਾਂ ਸਾਲਾਂ ਤੋਂ ਗੁਲਾਮ ਰਹਿਣ ਦੀ ਆਦਤ ਪੈ ਗਈ, ਗੁਲਾਮ ਰੱਖਿਆ ਸਾਨੂੰ ਹਜ਼ਾਰਾਂ ਸਾਲ, ਅਨੁਵਾਦ ਕੱਢਣ ਬਾਅਦ ਨੇ ਕਿ ਤੇਰਾ ਕੰਮ ਸਾਡੇ ਘਰ ਦੇ ਵਿਚਾਰ ਗੁਲਾਮੀ ਕਰਨਾ, ਮਰੇ ਹੋਏ ਡੰਗਰ ਚੱਕਣਾ, ਸਾਡੇ ਕੱਪੜੇ ਧੋਣੇ, ਸਾਡੇ ਬਲੇਰੇ ਟਿੱਪਣੇ, ਇੱਧਰ ਉੱਥੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਵਾ, ਨਵੀਆਂ ਨੂੰ ਆ ਕੇ ਦੂਜਿਆਂ ਨੂੰ, ਬੱਚਿਆਂ ਨੂੰ, ਬੱਚਿਆਂ ਨੂੰ ਨਹੀਂ ਪਤਾ, ਜੋ ਗੁਲਾਮ ਸਾਡੇ ਪਿੱਛੇ ਹੁੰਦੇ ਸੀ ਉਹਨਾਂ ਨੂੰ ਪਤਾ, ਇਸ ਨਾਲ ਦੂਜਿਆਂ ਦੇ ਘਰਾਂ ਦੇ ਉੱਤੇ ਵਿੱਚ ਜਾ ਕੇ ਸਾਨੂੰ ਛੁੱਟੀਆਂ ਕਰਨੀਆਂ ਪੈਂਦੀਆਂ ਸੀ। ਮਨੁਸ਼ ਮਤੀ ਨੇ ਲਿਖਿਆ ਇਹਦੇ ਬਦਲੇ ਵਿੱਚ ਇਹਨਾਂ ਨੂੰ ਕੋਈ ਬਚਿਆ ਬੁਚਿਆ ਦੇ ਦਿਓ, ਆਦਮੀ ਅਨਾਜ ਤੋਂ ਸਾਡਾ ਕੋਈ ਬਚਿਆ ਬੁਚਿਆ ਘਰ ਦੇ ਵਿੱਚ ਕੰਮ ਨਾਲ ਉਹ ਦੇ ਦਿਓ, ਇਹਨਾਂ ਨੂੰ ਝੂਠ ਮੁੱਖ ਦੇ ਦਿਓ, ਇਹਨਾਂ ਨੂੰ ਉਹ ਕੁੜੀ ਸਾਡੇ ਘੋੜੀ ਚ ਪਵਾ ਕੇ ਜੁੱਤੀਆਂ ਦੁਨੀਆਂ ਪਈਆਂ ਹੁੰਦੀਆਂ ਸੀ ਉਹਨਾਂ ਦੇ ਬਦੇਰੇ ਵਿੱਚ ਪੱਕੇ। ਸੋ ਇਸ ਕਰਕੇ ਇਸ ਬਾਣੀ ਨੂੰ ਸਭ ਤੋਂ ਸਾਨੂੰ ਜੋੜਦੀ ਕਿੱਧਰ ਨੂੰ, ਸਾਨੂੰ ਲੈ ਕੇ ਕਿੱਧਰ ਨੂੰ ਜਾਂਦੀ ਆ, ਇਸ ਧੰਨੇ ਜੀਵੀ ਨੇ ਇਹ ਸਾਰਾ ਕੁਛ ਮੰਗਿਆ ਔਰ ਪਰਮਾਤਮਾ ਦਿੰਦਾ। ਜੇ ਰੱਬ ਕੋਲੋਂ, ਜੇ ਅਸੀਂ ਆਪਣੇ ਪਿਓ ਕੋਲੋਂ ਜਿੱਦ ਮੰਗ ਕੇ ਕੋਈ ਕਿਰਾਵਾ ਲੈ ਸਕਦੇ ਹਾਂ, ਅਸੀਂ ਕਹਿੰਦੇ ਹਾਂ ਡੈਡੀ ਮੈਂ ਤਾਂ ਆਹ ਹੀ ਕਾਰ ਕਰੀ ਹਾਂ, ਮੈਂ ਆਹ ਹੀ ਟਰੈਕਟਰ ਲੈਣਾ, ਜਦੋਂ ਆਪਾਂ ਕਿਤੇ ਉਹ ਬਾਜ਼ਾਰ ਚ ਜਾਈਏ, ਜਦੋਂ ਉਹ ਬੱਚਾ ਜਿੱਦ ਮੰਗ ਕੇ ਉਹ ਤੋਂ ਲੈ ਸਕਦਾ ਤਾਂ ਅਸੀਂ ਜਿੱਦ ਮੰਗ ਕੇ ਰੱਬ ਤੋਂ ਕਿਉਂ ਨਹੀਂ ਮੰਗ ਸਕਦੇ, ਅਸੀਂ ਰੱਬ ਤੋਂ ਕਿਉਂ ਮੰਗਦੇ, ਸਾਰਾ ਕੁਛ ਦੇਣ ਨਾਲ ਅਸਲ ਵਿੱਚ ਉਹਦਾ ਹੀ ਦਿੱਤਾ ਸਾਰਾ ਕੁਛ, ਇਹ ਜੋ ਸਾਰਾ ਕੁਛ ਉਹਦਾ ਹੀ ਦਿੱਤਾ, ਪਰ ਅਸੀਂ ਜੇ ਜੁੜੇ ਹੋਵਾਂਗੇ ਰੱਬ ਦੇ ਨਾਲ ਤਾਂ ਹੀ ਮੰਗਾਂਗੇ ਨਾ, ਅਸੀਂ ਉਹਨੂੰ ਰੱਬ ਨੂੰ ਪਿਓ ਸਮਝੇ ਹੀ ਨਹੀਂ ਹੈਗਾ, ਪਿਤਾ ਜੀ ਤਾਂ ਹੋਰੇ ਸਮਝੀ ਫਿਰਦੇ ਹਾਂ, ਹੋਰ ਹੋਰ ਸਾਡੇ ਪਿਤਾ ਜੀ, ਸਾਡੇ ਗਲਾਨੇ ਜੀ, ਸਾਡੇ ਰਿਸ਼ਤੇ ਜੀ, ਰੱਬ ਨੂੰ ਅਸੀਂ ਪਿਤਾ ਮੰਨੀ ਹੀ ਨਹੀਂ ਹੈਗਾ, ਤੇ ਫਿਰ ਉਹ ਦਊ ਕਿੱਥੋਂ, ਤੇ ਜੇ ਸਾਡਾ ਪਿਤਾ ਵਾਲਾ ਸੰਬੰਧ ਹੋ
ਫਿਰ ਅਸੀਂ ਬੱਚਿਆਂ ਨੂੰ ਜਿੱਦ ਫੜ ਕੇ ਮਤਲਬ ਕਿ ਦੇ ਸਾਨੂੰ ਮੈਂ ਤਾਂ ਮੋਟਰਸਾਈਕਲ ਲੈਣਾ ਪਾਪਾ ਮੈਂ ਤਾਂ ਲੈਣਾ ਮੋਟਰਸਾਈਕਲ ਚਾਹੇ ਜਿਵੇਂ ਮਰਜ਼ੀ ਕਰ ਜੋ ਪਿਤਾ ਸਾਡਾ ਪਿਓ ਇਸੇ ਤਰ੍ਹਾਂ ਅਸੀਂ ਰੱਬ ਤੋਂ ਵੀ ਮੰਗ ਸਕਦੇ ਹਾਂ ਸੋ ਇਸ ਕਰਕੇ ਅੱਜ ਦਾ ਜੋ ਸ਼ਬਦ ਹੈ ਜਿਹੜੀ ਆਪਾਂ ਵਿਚਾਰ ਕੀਤੀ ਹੈ ਤੇ ਅਖੀਰ ਦੇ ਵਿੱਚ ਆਪਾਂ ਥੋੜ੍ਹੀ ਜਿਹੀ ਵਿਚਾਰ ਹੋਰ ਕਰੂੰਗਾ ਕਿਉਂਕਿ ਸਾਨੂੰ ਵੱਧ ਰਿਹਾ ਟਾਈਮ ਹੋ ਗਿਆ ਹੈ ਕਿ ਇਸ ਦੇ ਬਾਵਜੂਦ ਅੱਜ ਸਾਰੇ ਦੇਸ਼ ਦੇ ਅੰਦਰ ਸਭ ਤੋਂ ਵੱਡੀ ਸਮੱਸਿਆ ਕੀ ਹੈ ਅੱਜ ਅੱਧ ਬਾਰੇ ਸੋਚੋ ਧਰਨੇ ਨੇ ਤਾਂ ਸਭ ਕੁਛ ਮੰਗ ਲਿਆ ਰੱਬ ਕੋਲ ਮੰਗਲਿਆ ਨੂੰ ਦਿੱਤਾ ਜ਼ਮੀਨਾਂ ਦੇ ਦਿੱਤੀਆਂ ਡੰਗਰ ਪਸ਼ੂ ਵਧੀਆ ਦੇਖਦੇ ਵਧੀਆ ਘੋੜੀ ਦੇਤੀ ਘਾੜ ਚੱਕੀ ਦੇਤੀ ਸੁਪਰ ਸਿਆਣੀ ਦੇਤੀ ਸਾਰਾ ਕੁਛ ਦੇਤਾ ਲੇਕਿਨ ਅੱਜ ਜੋ ਸਮੱਸਿਆ ਤੁਸੀਂ ਅਖਬਾਰ ਪੜ੍ਹੋ ਟੀਵੀ ਵਿੱਚ ਆਉਂਦਾ ਤੇ ਕਿਸਾਨ ਖੁਦਕੁਸ਼ੀਆਂ ਕਰ ਕਰਕੇ ਮਰ ਰਹੇ ਨੇ ਲੋਕ ਮਰ ਰਹੇ ਨੇ ਪੜ੍ਹਦੇ ਹੋ ਤੁਸੀਂ ਸੁਣਦੇ ਹੋ ਅਖਬਾਰਾਂ ਦੇ ਵਿੱਚ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਕਰਕੇ ਮਰ ਰਹੇ ਅੱਜ ਜਦੋਂ ਕਿ ਅਸੀਂ ਉਸ ਮਹਾਨ ਪੁਰਸ਼ ਧੰਨਾ ਜੀ ਦਾ ਸਤਿਗੁਰੂ ਧੰਨਾ ਜੀ ਦਾ ਜਨਮਦਿਨ ਮਨਾ ਰਹੇ ਹਾਂ ਅੱਜ ਉਹਦੇ ਸਮਾਜ ਨੂੰ ਸੋਚਣਾ ਪਊਗਾ ਕਿ ਸਾਡੇ ਉਸ ਮਹਾਂਪੁਰਸ਼ ਨੇ ਰਹਿਬਰ ਨੇ ਸਾਡੇ ਲਈ ਬਹੁਤ ਕੁਛ ਮੰਗਿਆ ਰੱਬ ਕੋਲੋਂ ਕਿੰਨਾ ਕੁਛ ਨਹੀਂ ਮੰਗਿਆ ਹੈ ਤੇ ਅੱਜ ਇਹ ਹਾਲਾਤ ਕਿਉਂ ਪੈਦਾ ਹੋ ਗਏ ਕਿ ਸਾਡਾ ਸਮਾਜ ਖੁਦਕੁਸ਼ੀਆਂ ਕਰ ਰਿਹਾ ਹੈ ਇਹ ਸਵਾਲ ਕਿਹੜਾ ਹੈ ਤੇ ਜਨਮਦਿਨ ਦੇ ਉੱਤੇ ਸਾਨੂੰ ਵਿਚਾਰਨਾ ਪਊਗਾ ਅੱਜ ਦੇ ਧੰਨੇ ਦੇ ਜਨਮ ਦਿਹਾੜੇ ਤੇ ਗੱਲ ਸਾਨੂੰ ਵਿਚਾਰ ਨਹੀਂ ਪਊਗੀ ਉਹ ਸਮਾਜ ਜੀ ਨੇ ਇੰਨਾ ਕੁਛ ਮੰਗਿਆ ਰੱਬ ਦੇ ਕੋਲੋਂ ਤਾਂ ਮੈਨੂੰ ਪੂਰੀ ਆਪਣੀ ਘੋੜੀ ਮੰਗੀ ਕਹੂ ਹੱਥ ਨਵੇਰੀ ਮੰਗੀ ਹੋਰ ਭੋਜਨ ਮੰਗਿਆ ਅਨਾਜ ਮੰਗਿਆ ਕੱਪੜਾ ਮੰਗਿਆ ਜੁੱਤੀ ਮੰਗੀ ਪਹਿਨਣ ਲਈ ਸਭ ਕੁਛ ਮੰਗਿਆ ਤਾਂ ਅੱਜ ਉਹ ਖੁਦਕੁਸ਼ੀਆਂ ਕਿਉਂ ਕਰ ਰਿਹਾ ਹੈ ਉਹ ਸੋਚੇ ਉਹ ਵਿਚਾਰੇ ਸਮਾਜ ਦੇ ਕਿਤੇ ਉਸ ਤਾਂ ਦਿਨ ਤੋਂ ਹੀ ਭੁੱਲ ਗਿਆ ਉਹਨੂੰ ਸੋਚਣਾ ਪਊਗਾ ਇਹ ਚੀਜ਼ ਕਿਆ ਉਹ ਕਿਤੇ ਧਰਨੇ ਨੂੰ ਤਾਂ ਨਹੀਂ ਭੁੱਲ ਗਿਆ ਭੁੱਲ ਗਿਆ ਇਸੇ ਕਾਰਨ ਹੀ ਇਹ ਸਾਰਾ ਕੁਛ ਹੋ ਗਿਆ ਉਹਨੇ ਗੁਰਦੁਆਰੇ ਜਾਣਾ ਛੱਡ ਦਿੱਤਾ ਗੁਰਬਾਣੀ ਦੀ ਗੱਲ ਮੰਨਣੀ ਛੱਡ ਦਿੱਤੀ ਗੁਰੂਆਂ ਦੀ ਗੱਲ ਮੰਨਣੀ ਛੱਡ ਦਿੱਤੀ ਉਹਦੇ ਧੰਨੇ ਦੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ ਛੱਡ ਦਿੱਤੀ ਇਸ ਕਰਕੇ ਖੁਦਕੁਸ਼ੀਆਂ ਹੋ ਰਹੀਆਂ ਨੇ ਤੇ ਅਸੀਂ ਵੀ ਜੋ ਸਾਡਾ ਸਮਾਜ ਹੈ ਇਹ ਇੰਨਾ ਕਿਉਂ ਪਸੜ ਗਿਆ ਇਹ ਇੰਨਾ ਕਿਉਂ ਗਰੀਬ ਹੈ ਸਾਨੂੰ ਵੀ ਸੋਚਣਾ ਵਿਚਾਰਨਾ ਪਊਗਾ ਹੋ ਸਕਦਾ ਅਸੀਂ ਵੀ ਰਵਦਾਸ ਦੀ ਗੱਲ ਨਾਲ ਨੂੰ ਦੇਖੀਏ ਹੋਰ ਰਵਦਾਸ ਉਹ ਰਵਦਾਸ ਜਾ ਕੇ ਕੁਟੰਬ ਕੇ ਲੋਕ ਸਭ ਢੋਲ ਟਵਾਉਂਦੇ ਨੇ ਨਿਹੜੇ ਬਲਾਕ ਸੀ ਆਸ ਪਾਸਾ ਅਬ ਬਿਬਰ ਪ੍ਰਧਾਨ ਤੇ ਕਰੇ ਟਰਾਉਤ ਤੇਰੇ ਨਾਮ ਸਰਣਾਏ ਰਵਦਾਸ ਪਾਸਾ ਉਸ ਸਮੇਂ ਦੇ ਵਿੱਚ ਪੈਰੀ ਪੈ ਗਏ ਵੱਡੇ ਵੱਡੇ ਜਿਹੜੇ ਚੌਧਰੀ ਸੀ ਰਵਦਾਸ ਦੇ ਸਾਡੇ ਪਹਿਲਾਂ ਅਸੀਂ ਤਾਂ ਦੂਜਿਆਂ ਦੇ ਪੈਂਦੇ ਹਾਂ ਕਦੇ ਤੁਸੀਂ ਸੋਚਿਆ ਜਿਹੜੇ ਰਵਦਾਸ ਨੇ ਜਿਹਨੂੰ ਕਦੇ ਤੂੰ ਪਰੇ ਰਹਿ ਕੇ ਜਿਹਨਾਂ ਹੱਥਾਂ ਤੋਂ ਵੀ ਅਸੀਂ ਪਿੱਟੇ ਜਾਂਦੇ ਹਾਂ ਉਸ ਰਵਦਾਸ ਦੇ ਪਹਿਲੀ ਵਾਰੇ ਵੱਡੇ ਵੱਡੇ ਜਿਹੜੇ ਪੇਪਰ ਪ੍ਰਧਾਨ ਸੀ ਜਿਹੜੇ ਆਪਣੇ ਆਪ ਨੂੰ ਘਰ ਦੇ ਵੱਡੇ ਠੇਕੇਦਾਰ ਸਮਝਦੇ ਸੀ ਉਹ ਪਹਿਲੀ ਪੈ ਕੇ ਕਟਾਓ ਕਰਨਾ ਪਤਾ ਕੀ ਹੁੰਦੀ ਆ ਇੱਕ ਤਾਂ ਆਪਾਂ ਵੈਸੇ ਮੱਥਾ ਟੇਕਦੇ ਆ ਕੇ ਇੱਕ ਹੁੰਦਾ ਲੰਬੇ ਪੈ ਕੇ ਮੱਥਾ ਟੇਕਣਾ ਲੰਬੇ ਪੈ ਕੇ ਮੱਥਾ ਟੇਕਦੇ ਲੋਕਾਂ ਨੇ ਇਸੇ ਹੁੰਦੇ ਰਵਦਾਸ ਦੇ ਹੁੰਦੇ ਕਿਉਂ ਕਿਉਂਕਿ ਉਹਨਾਂ ਨੇ ਜਿੰਨੀਆਂ ਚੀਜ਼ਾਂ ਨੂੰ ਅਸੀਂ ਮੰਨਦੇ ਹਾਂ ਮੰਨਣਾ ਹੀ ਛੱਡ ਦਿੱਤਾ ਸਿੱਧਾ ਰੱਬ ਦਾ ਰੰਗ ਲੈ ਕੇ ਲੋਕ ਦਾ ਸੰਪਰਕ ਵਿੱਚ ਕਿਸੇ ਨੂੰ ਰੱਖਿਆ ਹੀ ਕਿਸੇ ਨੂੰ ਨਹੀਂ ਰੱਖਿਆ ਕਿਉਂ ਰੱਖੀਏ ਗਏ ਹੋ ਜਦੋਂ ਸਾਡੇ ਨੇੜੇ ਆ ਉਹ ਕਹਿ ਰਵਦਾਸ ਹੱਥ ਤੇ ਦੇਖੇ ਜਿਹੜੀ ਚੀਜ਼ ਸਾਡੇ ਕੋਲ ਹੋਵੇ ਉਹਨੂੰ ਕੱਢਣ ਲਈ ਦੂਜੇ ਨੂੰ ਕਹਿਣਾ ਪੈਂਦਾ ਕਿ ਮੈਨੂੰ ਲੱਭ ਕੇ ਦੇ ਜਿਹੜੀ ਚੀਜ਼ ਸਾਡੇ ਜੇਬ ਦੇ ਵਿੱਚ ਆ ਜਿਹੜੀ ਨਹੀਂ ਸਾਡੇ ਕੋਲ ਸਾਡੇ ਅੰਦਰ ਬੈਠੀ ਆ ਅਸੀਂ ਉਹਨੂੰ ਭਰਨ ਦੇ ਲਈ ਕਿਉਂ ਇੱਧਰ ਉੱਧਰ ਭਟਕਦੇ ਹਾਂ ਕਿਉਂ ਜਾਂਦੇ ਹਾਂ ਜੋ ਅੰਦਰੋਂ ਹੀ ਪਾਲੋ ਖੋਜ ਸ਼ਬਦ ਦੇ
ਸ਼ਬਦ ਦੀ ਖੋਜ ਕਰ ਲਓ, ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰ ਲਓ, ਇਹਦੀ ਵਿਚਾਰ ਕਰ ਲਓ, ਤੁਹਾਨੂੰ ਸਮਝ ਆਊਗਾ ਸਾਰਾ ਕੁਛ। ਜੋ ਪ੍ਰਭ ਨਿਰਬੋਧ ਹੈ ਖੋਜ ਸ਼ਬਦੇ ਨੇ, ਇਹ ਤਾਂ ਨਹੀਂ ਕਰਨੀ ਤੂੰ ਕਿਸੇ ਪੁਰਾਣੇ ਡੇਰੇ ਦੇ ਚੱਲੇ ਗਏ। ਉਹਨਾਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਕਰ ਲਈ, ਤੈਨੂੰ ਰਸਤਾ ਮਿਲ ਜਾਊਗਾ, ਤੈਨੂੰ ਸਮਝ ਆਊਗਾ ਕੀ ਰੱਬ ਕੀ ਹੈ। ਧੰਦੇ ਨੇ ਵੀ ਏਦਾਂ ਹੀ ਇਹਨਾਂ ਦੀ ਗੱਲ ਸੁਣ ਕੇ, ਇਹ ਗੱਲ ਸੁਣ ਕੇ ਯਾਦ ਕਰੋ, ਉੱਠ ਮਰਦੀ ਨਾਕਾ ਮਿਲੇ ਪਰ ਤੱਕ ਵਸਾਈਆਂ ਧੰਦਾ ਬਣ ਪਾਤਾ। ਸੋ ਇਸ ਕਰਕੇ ਗੁਰੂ ਗੋਬਿੰਦ ਸਾਹਿਬ ਸਾਹਿਬ ਜੀ ਕੀ ਅੱਜ ਸਾਨੂੰ ਧੰਦਾ ਜੀ ਦੇ ਪ੍ਰਕਾਸ਼ ਦੇਣ ਲਈ ਸਾਰੀਆਂ ਸੰਗਤਾਂ ਨੂੰ ਲੱਗਣਾ ਵਧਾਈ ਹੋਵੇ। ਆਪਾਂ ਇਹ ਜੋ ਸਿਸਟਮ ਕੀਤਾ ਹੈ, ਪਰਮਾਤਮਾ ਕਰੇ ਉਹਨਾਂ ਭਗਤਾਂ ਦਾ ਜੋ ਪ੍ਰਕਾਸ਼ ਦੇ ਰਹੇ ਨੇ ਬਣਾਉਣ ਦਾ ਸਾਨੂੰ ਬਰਬੂਦੀ ਬਖਸ਼ੇ, ਸਾਡੇ ਉੱਤੇ ਫਿਰ ਪ੍ਰਯਾਸ ਕੀਤੇ ਤਾਂ ਜੋ ਆਪਾਂ ਇਹ ਉਹਨਾਂ ਦੇ ਪ੍ਰਕਾਸ਼ ਦਿਹਾੜੇ ਬਣਾਉਂਦੇ ਰਹੀਏ। ਕਿਉਂਕਿ ਹੋਰ ਕਿਤੇ ਨੀ ਬਣਾਏ ਜਾਂਦੇ, ਬਹੁਤ ਹੀ ਘੱਟ ਬਣਾਏ ਜਾਂਦੇ ਨੇ। ਇਹ ਅੱਗੇ ਆਪਣੇ ਗੁਰਦੁਆਰੇ ਸ਼ੁਰੂ ਹੋਇਆ ਕੰਮ, ਆਪਾਂ ਹੀ ਸ਼ੁਰੂ ਕੀਤਾ। ਕਿਉਂ? ਕਿਉਂਕਿ ਭਾਈ ਜੇ ਦੂਜੇ ਇੱਥੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਥੇ ਤਾਂ ਸਾਰੇ ਬਰਾਬਰ ਨੇ। ਉਹ ਪਦਵੀ ਜਿਹੜੀ ਬਾਬੇ ਨਾਨਕ ਨੂੰ ਮਿਲੀ ਆ, ਉਹ ਪਦਵੀ ਰਮਦਾਸ ਨੂੰ ਵੀ ਮਿਲੀ ਆ, ਉਹ ਧੰਨੇ ਨੂੰ ਵੀ ਮਿਲੀ ਆ, ਉਹ ਸਾਰਿਆਂ ਨੂੰ ਮਿਲੀ ਆ। ਤੇ ਫਿਰ ਸਾਰਿਆਂ ਨੂੰ ਬਣਾਉਣ ਦਾ ਸਾਡਾ ਹੱਕ ਨਹੀਂ ਬਣਦਾ, ਇਹ ਵਿਤਕਰਾ ਕਿਉਂ ਹੋਣਾ? ਜੇ ਰਮਦਾਸ ਦਾ ਰੱਬ ਜੀ ਸਾਹਿਬ ਤੋਂ ਆ ਕੇ ਅੱਡ ਕੇ ਪ੍ਰਭਾਤੇ ਜਾਂ ਨਗਰ ਕੀਰਤਨ ਕੱਢ ਕੇ ਅੰਦਰ ਛੱਡੋ ਘਰ ਨੂੰ ਜਾਓ, ਦੇ ਸਾਹਿਬ ਨੂੰ ਦੇਖਾਂਗੇ ਜੋ ਹੋਊਗਾ, ਫਿਰ ਦੇਖਾਂਗੇ ਕਿੱਦਾਂ। ਕਿਉਂ ਬਈ? ਅਗਲੇ ਦੂਜੇ ਬੈਠ ਕੇ ਸਾਡੇ ਕੁਝ ਨਹੀਂ ਲੱਗਦੇ, ਇਹ ਸਾਡੇ ਅਸੀਂ ਇੱਕ ਟੋਕ ਕੇ ਕਹਿੰਦੇ ਹਾਂ ਸਾਰੇ ਸਾਡੇ ਹੀ, ਜਿੰਨੇ ਵੀ ਮਹਾਂਪੁਰਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ, ਇਹ ਸਾਰਿਆਂ ਦੇ ਨੇ, ਇਹ ਸਾਰਿਆਂ ਦੇ ਸਾਂਝੇ ਨੇ। ਇਹਨਾਂ ਨੇ ਸਾਰਿਆਂ ਨੇ ਸੰਘਰਸ਼ ਕੀਤਾ, ਸਾਰਿਆਂ ਦੇ ਹੱਕਾਂ ਦੀ ਲੜਾਈ ਲੜੀ, ਇਸ ਕਰਕੇ ਅਸੀਂ ਇਹਨਾਂ ਨੂੰ ਕਿਉਂ ਨਾ ਬਣਾਈਏ।